ਸਲੋਕ ਮਹਲਾ ਚੌਥਾ ਇਹ ਮਨੁਆ ਡਿੜ ਕਰ ਰੱਖੀ ਹੈ ਗੁਰਮੁਖ ਲਾਈਏ ਚਿਤ ਕਿਉ ਸਾਸ ਗਿਰਾਸ ਵਿਸਾਰੀ ਹੈ ਬੰਦੇ ਆ ਉਠਦੇ ਆ ਨਿਤ ਮਰਨ ਜੀਮਣ ਕੀ ਚਿੰਤਾ ਗਈ ਏ ਜਿਣਾ ਹਰ ਪ੍ਰਭ ਵਸ ਜਿਉ ਭਵੈ ਤਿਉ ਲਖ ਤੂ ਜਨ ਨਾਨਕ ਨਾਮ ਬਖਸ਼ ਮਹਿਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੇ ਕਿਨੇ ਅਗੇ ਕਿਨ ਪਿਛੇ ਸਦਾ ਬੁਲਾਇਏ ਮਹਿਲ ਨ ਆਵੇ ਕਿਉਂ ਕਰਦਰ ਕਾ ਸੀਜੇ ਸਤਿਗੁਰ ਕਾ ਮਹਿਲ ਮਿਲਦਾ ਜਾਣੇ ਸਦਾ ਰਹਿ ਕਰ ਝੂੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੇ ਬਹੋਰ ਬਉਰੀ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਾ ਸੰਮਲ ਪੰਨੇ ਉਪਦੇਸ਼ ਜਿਤ ਤਾਂ ਸਤਗੁਰੂ ਸੋ ਸੁਣਿਆ ਸਿੱਖੀ ਕਰਨੇ ਜਿਨ ਸਤਗੁਰ ਕਾ ਭਾਣਾ ਮੰਨਿਆ ਦਿਲ ਜੜੀ ਚ ਵਗਰ ਮੰਨਨੀ ਇਹ ਕਾਲ ਨਰਲ ਨੀ ਗੁਰੂ ਕੀ ਗੁਰ ਦੀ ਖਿਆ ਸੁਣ ਮਨ ਪਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਅਨੁਭਵ ਦੀ ਸਾਂਝ ਸਾਡੇ ਵਰਗੇ ਕਲਯੁਗੀ ਜੀਵਾਂ ਨਾਲ ਕਰਦੇ ਹਨ ਅਤੇ ਮਾਰਗਦਰਸ਼ਨ ਵੀ ਕਰਦੇ ਹਨ ਜੀਵਨ ਵਿੱਚ ਕਈ ਉਤਰਾ ਚੜ੍ਹਾ ਆਉਂਦੇ ਹਨ ਪਰ ਵਿਰਲੇ ਹਮ ਜਿਨ੍ਹਾਂ ਦਾ ਮਨ ਪੱਕਾ ਰਹਿੰਦਾ ਨਹੀਂ ਤੇ ਆਮ ਤੌਰ ਤੇ ਮਨੁੱਖੀ ਸੁਭਾਅ ਹੈ ਸਾਡੀ ਕੋਈ ਗੱਲ ਮੰਨੀ ਜਾਏ ਬੜੇ ਖੁਸ਼ ਹੁੰਦੇ ਨਾ ਮੰਨੀ ਜਾਏ ਨਾ ਸਾਡੀ ਇੱਛਾ ਪੂਰੀ ਹੋਵੇ ਅਸੀਂ ਢਾਵਣ ਢੋਰ ਹੋ ਜਾਈਏ ਪਰ ਗੁਰੂ ਰਾਮਦਾਸ ਜੀ ਕਹਿੰਦੇ ਜੇ ਗੁਰੂ ਕੋਲੋਂ ਕੁਝ ਲੈਣਾ ਏ ਮਨ ਨੂੰ ਆ ਦ੍ਰਿੜ ਕਰ ਰੱਖੀਏ ਇਸ ਮਨ ਨੂੰ ਪੱਕਾ ਕਰਕੇ ਟਕਾਈ ਬਾਣੀ ਪੜਨ ਨਾਲ ਪਤਾ ਲੱਗਦਾ ਜੇ ਸਤਗੁਰ ਝੜਕੇ ਤਾਂ ਮਿੱਠਾ ਲੱਗੇ ਬਰਸੀ ਤੇ ਚਾਹੁੰਦੇ ਨਹੀਂ ਸਤਿਗੁਰੂ ਉਹ ਕਰੇ ਜੋ ਅਸੀਂ ਚਾਹੁੰਦੇ ਮੈਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜੇ ਉਹ ਕਹਿੰਦੇ ਸਮ ਅਸੀਂ ਉਹ ਕਰਾਂਗੇ ਜੋ ਗੁਰੂ ਦੀ ਆਗਿਆ ਹੋਵੇ ਅੱਜ ਦਾ ਸਿੱਖ ਇਹ ਕਹਿੰਦਾ ਕਿ ਜੋ ਮੈਂ ਚਾਹਣਾ ਉਹ ਗੁਰੂ ਕਰੇ ਫਿਰ ਮੈਂ ਗੁਰੂ ਦਾ ਸਿੱਖ ਬਣਨ ਲਈ ਤਿਆਰ ਹਾਂ ਪਰ ਧੰਗੁਰੂ ਰਾਮਦਾਸ ਜੀ ਕਹਿੰਦੇ ਤੇ ਗੱਲ ਹੀ ਉਲਟੀ ਜੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਤੇ ਅਸੀਂ ਆਪਣੀ ਮਰਜ਼ੀ ਨਹੀਂ ਕਰ ਅਸੀਂ ਤੇ ਆਪਣੇ ਮਨ ਨੂੰ ਇੱਥੇ ਪਕਾਉਣਾ ਹੈ ਟਿਕਾਉਣਾ ਹੈ ਢਿੜ ਕਰਨਾ ਹੈ ਕਿ ਜੋ ਗੁਰੂ ਆਖੇਗਾ ਅਸੀਂ ਉਹ ਕਰ ਫਿਰ ਆਪਣੇ ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ ਦੇਖੋ ਭਾਈ ਲੈਣਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹਰ ਹੁਕਮ ਦੀ ਪਾਲਣਾ ਕੀਤੀ। ਉਹਨਾਂ ਨੇ ਕਦੇ ਵੀ ਹੁਕਮ ਦੀ ਉਲੰਘਣਾ ਨਹੀਂ ਕੀਤੀ। ਨਤੀਜੇ ਵਜੋਂ ਉਹ ਪਾਸ ਹੋ ਗਏ। ਤੇ ਜਿਨ੍ਹਾਂ ਨੇ ਗੁਰੂ ਦੀ ਆਗਿਆ ਨਹੀਂ ਮੰਨੀ। ਜਿਹੜੇ ਧਾਮਾਂ ਡੋਲ ਹੋ ਗਏ। ਉਹ ਅਦਵਾਟੇ ਹੀ ਰਹੇ। ਤੋ ਗੁਰੂ ਰਾਮਦਾਸ ਜੀ ਦਾ ਫਰਮਾਨ ਹੈ ਪਿਆਰਿਓ ਇਹ ਮਨੁਆ ਦਿੜ ਕਰ ਰੱਖੀਏ ਇਸ ਮਨ ਨੂੰ ਪੱਕਾ ਕਰੋ ਜੇ ਸਤਿਗੁਰੂ ਮਾਣ ਬਖਸ਼ੇ ਤਾਂ ਮੀਓ ਦੀ ਬੜਾਈ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ ਭਾਵੇਂ ਜੇ ਗੁਰੂ ਨੂੰ ਜੋ ਚੰਗਾ ਲੱਗੇ ਉਹ ਸਿੱਖ ਨੂੰ ਚੰਗਾ ਲੱਗਣਾ ਚਾਹੀਦਾ पर इस तरह मन पकाना मन में टिका बड़ा मुश्किल पर जे कुछ बनना तो मिटा दे अपनी हस्ती को अगर कुछ मरतबा चाहे दाना खाक में मिलकर गुले गुलजार होता है आप गवाइए तौ पाइए भाई आप गवाए तो बिना ਕੁਝ ਪੜਿਆ ਨਹੀਂ ਜਾ ਸਕਦਾ ਤੋ ਧੰਗੁਰੂ ਰਾਮਦਾਸ ਜੀ ਕੰਨ ਪਿਆਰਿਓ ਇਹ ਮਨੂਆ ਦਿੜ ਘਰ ਰੱਖੀ ਹੈ ਇਹਨੂੰ ਪੱਕਾ ਕਰਕੇ ਕਾਬੂ ਕਰਨਾ ਪਵੇ ਮਨ ਦੇ ਪਿੱਛੇ ਨਹੀਂ ਚਲੇਣਾ ਬਲਕਿ ਮਨ ਨੂੰ ਗੁਰੂ ਦੀ ਆਗਿਆ ਵਿੱਚ ਰੋਣਾ ਗੁਰਮੁਖ ਲਈਏ ਕਿ ਤੂੰ ਗੁਰੂ ਦੇ ਸਨਮੁਖ ਹੋ ਕੇ ਆਪਣੇ ਕਿਰਤ ਨੂੰ ਲਾਉਣਾ ਕਰੀਏ ਟਿਕਾਉਣਾ ਕਰੀਂ ਪੜੋ ਗੁਰ ਸਿੱਖਾਂ ਦੀਆਂ ਸਾਖੀਆਂ ਪੜੋ ਉਹਨਾਂ ਗੁਰ ਸਿੱਖਾਂ ਦਾ ਜੀਵਨ ਇਹ ਠੀਕ ਹੈ ਕਿ ਸਾਖੀਆਂ ਤੋਂ ਬੜੀ ਸਿੱਖਿਆ ਮਿਲਦੀ ਪਰ ਅੱਜ ਕੱਲ੍ਹ ਅਸੀਂ ਸਾਖੀਆਂ ਤੋਂ ਵੀ ਨਕਮੂ ਬਟਣ ਲੱਗ ਪਏ ਕੋਈ ਕਹੇ ਜੀਏ ਮਨ ਘੜੰਤ ਨੇ ਨਹੀਂ 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 ਐਸਾ ਨਹੀਂ ਹੋ ਸਕਦਾ ਗੁਰੂ ਕੇ अनेका ऐसे गुरु सिख जिन्नां नुं अंतर्यामਤਾ ਵੀ ਪ੍ਰਾਪਤ ਸੀ ਆਉਣ ਵਾਲੇ ਸਮੇਂ ਦਾ ਵੀ ਪਤਾ ਸੀ ਪਰ ਗੁਰੂ ਦੀ ਲਾਜ਼ਮੇ ਚ ਰਾਜੀ ਸਾਂ ਤੋਂ ਇਹ ਪਹਿਲੀ ਸ਼ਰਤ ਹੈ ਇਹ ਮਨੁਵਾ ਡਿੜ ਕਰੇ ਰੱਖੀ ਹੈ ਗੁਰਮੁਖ ਲਈ ਹੈ ਚਤਨ ਗੁਰੂ ਦੇ ਸਨਮੁਖ ਹੋ ਕੇ ਆਪਣੇ ਚਤਨ ਨੂੰ ਲਾਉਣਾ ਕਰੀ ਕਿਉਂ ਸਾਸ ਗ라스 ਵਿਚਾਰੀ ਬੰਦੇ ਆ ਉੱਠਦੇ ਆ ਨਿਤ ਭਾਈ ਉਸ ਪਰਮਾਤਮਾ ਨੂੰ ਹਰ ਸ્વાસ ਦੇਣਾ ਹਰ ਗ라스 ਦੇਣਾ ਯਾਦ ਰੱਖਣਾ ਕਰੀਂ ਬਾਪ ਉਸ ਨੂੰ ਕਦੇ ਵੀ ਭੁੱਲਣਾ ਨਾ ਕਰੀਂ ਬੰਦੇ ਆ ਉੱਠਦੇ ਆ ਨਿਤ ਹੁਣ ਇਹਨਾਂ ਅੱਖਰਾਂ ਦੀ ਵਿਆਖਿਆ ਤੇ ਕੋਈ ਬਹੁਤੀ ਕਰਨ ਦੀ ਲੋੜ ਨਹੀਂ ਬਾਹਵ ਬਹਿਣਾ ਵੀ ਉਹਦੀ ਰਜ਼ਾ ਵਿੱਚ ਉਠਸਾਮੀ ਉਹਦੀ ਰਜ਼ਾ ਵਿੱਚ ਤੇ ਨਿਤਾ ਪ੍ਰਤੀ ਉਹਦੀ ਰਜ਼ਾ ਵਿੱਚ ਹੀ ਰਾਜ਼ੀ ਹੈ ਤੇ ਜਿਹੜਾ ਗੁਰੂ ਦਾ ਸਿੱਖ ਇਸ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੀ ਰਜ਼ਾ ਵਿੱਚ ਰਾਜ਼ੀ ਕਰ ਲਵੇ ਅੱਜ ਮੈਂ ਸ਼ਬਦ ਸੁਣ ਰਿਹਾ ਸੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਜਿਸੁ ਭਾਵੈ ਨਾਨਕਾ ਸਾਈ ਗਲ ਚੰਗੀ ਉਦੀ ਮੋਜ ਹੈ ਉਹ ਬੌਰੰਗੀ ਵੀ ਹੈ ਇੱਕ ਰੰਗੀ ਪਰ ਸੇਵਕ ਨੂੰ ਤੇ ਆਪ ਗੁਵਾਏ ਸੇਵਾ ਕਰੇ ਤਾਂ ਕਿਛਪਾਇ ਮਾਨ ਨਾਨਕ ਜਿਸਨੋ ਲਗਾ ਤਿਸ ਮਿਲੇ ਲੱਗਾ ਸੁਪਰਵਾਹ ਚੱਕਰ ਲੱਗਾ ਚੱਕਰੀ ਜੇ ਚੱਲ ਲੈ ਖਸਮੇ ਪਾਏ ਹਰ ਮਤਿਸ ਨੂੰ ਅਗਲੀ ਉਹ ਬਜੋਂ ਵੀ ਧੂਣਾ ਖਾਏ ਨਾਰੀ ਅੱਗੇ ਲਿਖਿਆ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਅੱਖਾਂ ਜਿਹੜਾ ਖਸਮ ਦੀ ਬਰਾਬਰੀ ਕਰੇ ਉਹ ਖਸਮ ਤੋਂ ਕੀ ਲੈ ਸਕਦਾ ਇਹ ਮਨੁਆ ਢੀੜ ਕਰੇ ਰੱਖੀ ਹੈ ਗੁਰਮੁਖ ਲਈ ਹੈ ਚਤ ਕਿਉਂ ਸਾਸ ਗਿਰਾਸ ਵਿਚਾਰੀ ਹੈ ਬੰਦੇ ਹ ਉੱਠਦੇ ਹਨ ਨਿਤ ਹੁਣ ਇਹਨਾਂ ਪੰਕਤੀਆਂ ਦੀ ਰੋਸ਼ਨੀ ਵਿੱਚ ਅਸੀਂ ਆਪਣਾ ਆਪ ਦੇਖੀ ਕੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਜਾਂ ਕਰ ਸਕਦੇ ਫਿਰ ਗੁਰੂ ਪਾਲਾ ਪਾਤਸ਼ਾਹ ਗਰੰਟੀ ਦਿੰਦੇ ਹਨ ਜਿਹੜਾ ਇਸ ਤਰ੍ਹਾਂ ਆਪਣੇ ਮਨ ਨੂੰ ਗੁਰੂ ਦੀ ਆਗਿਆ ਵਿੱਚ ਟਿਕਾ ਲੇਗਾ ਜਿਹੜਾ ਇਸ ਤਰ੍ਹਾਂ ਮਾਲਕ ਦੀ ਯਾਦ ਵਿੱਚ ਜੁੜਿਆ ਰਹੇਗਾ ਮਰਨ ਜੀਵਨ ਕੀ ਚਿੰਤਾ ਗਈ ਇਹ ਜਿਹੜਾ ਹਰ ਪ੍ਰਭ ਵਸ ਜਿਸ ਨੇ ਆਪਣੀ ਜਿੰਦ ਹਰੀ ਪ੍ਰਭੂ ਦੇ ਵਸ ਵਿੱਚ ਕਰ ਦਿੱਤੀ ਵਸਤੇ ਸੱਸੇ ਨੂੰ ਤਿਆਰੀ ਹੈ ਉਦੇ ਅਧੀਨ ਕਰ ਦਿੱਤੀ ਜਿਸ ਦੇ ਅੰਦਰ ਇਹ ਧ੍ਰਿੜ ਵਿਸ਼ਵਾਸ ਹੋ ਗਏ ਹੈ ਮਾਲਕ ਅਸੀਂ ਤਾਂ ਆਪਣਾ ਆਪ ਤੈਨੂੰ ਸੌਂਪ ਦਿੱਤਾ ਤੇਰੀ ਮਰਜ਼ੀ ਹੈ ਭਾਵੇਂ ਅਬ ਹਮ ਜਰੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਜਿਹਾ ਹੈ ਟਾਰ ਅਖਾ ਲੋਕ ਕੁਝ ਕਹਿੰਦੇ ਨੇ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦਾ ਮੈਨੂੰ ਤਾਂ ਜੋ ਤੁਸੀਂ ਕਰੋ ਉਹ ਮਨਜ਼ੂਰ ਹੈ। ਬਸ ਫਿਰ ਮਰਨ ਜੀਵਨ ਦੀ ਚਿੰਤਾ ਗਈ। ਇਹ ਜਿਹੜਾ ਹਰ ਵਸ ਜਦੋਂ ਇਹ ਜਿਹੜਾ ਹਰੀ ਪ੍ਰਭੂ ਦੇ ਵਸ ਵਿੱਚ ਕਰ ਦਿੱਤਾ। ਉਹਦੀ ਮਰਜ਼ੀ ਅਨੁਸਾਰ ਚੱਲਣਾ। ਬਾਦਸ਼ਾਹ ਨੇ ਤਾਂ ਇੱਥੇ ਤੱਕ ਫਰਮਾਇਆ। ਚਾਕਰ ਦੀ ਚੱਕਰੀ ਤੇ ਤਾਂ ਹੀ ਪਰਵਾਣ ਹੋਣੀ ਹੈ ਜੇ ਮਾਲਕ ਦੀ ਰਜ਼ਾ ਵਿੱਚ ਚੱਲੇ ਕੋ ਜਿਉਂਨੇ ਕਰਨੀ ਆਪਣੀ ਮਰਜ਼ੀ ਹੈ ਇੱਕ ਨੇ ਹੀ ਚੱਕਰੀ ਜਿਤ ਭੈ ਖਸਮ ਨਾ ਜਾਏ ਨਾਨਕ ਸੇਵਕ ਕਾਂਡੀ ਹੈ ਜੇ ਸੇਤੀ ਕਸਮ ਸਮਾਏ ਸਤਮ ਜਿਹੜਾ ਆਪਣੀ ਮਰਜ਼ੀ ਛੱਡ ਕੇ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਮਰਨ ਜੀਵਨ ਕੀ ਚਿੰਤਾ ਗਈ ਉਹਦੇ ਮਰਨ ਤੇ ਜੀਵਨ ਦਾ ਫਿਕਰ ਮੁੱਕ ਜਾਂਦਾ ਇਹ ਜਿਹੜਾ ਹਰ ਪ੍ਰਭ ਵਸ ਇਸ ਜਿੰਦ ਨੂੰ ਉਸ ਹਰੀ ਪ੍ਰਭੂ ਦੇ ਅਧੀਨ ਕਰ ਤੇ ਕੀ ਕਹਿੰਦਾ ਜਿਉਂ ਭਾਵੈ ਤਿਉਂ ਰਖ ਤੂੰ ਜਨ ਨਾਨਕ ਨਾਮ ਬਖਸ਼ ਹੇ ਮਾਲਕ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਤੂੰ ਰੱਖ ਲੈ ਤੂੰ ਜਿਹੜਾ ਸੇਵਕ ਮਾਲਕ ਦੀ ਰਜ਼ਾ ਵਿੱਚ ਰਾਜ਼ੀ ਹੋ ਜਾਂਦਾ ਉਹਦੀ ਤਾਂ ਹਰ ਵੇਲੇ ਇਹ ਅਰਦਾਸ ਜਿਉਂ ਭਵੈ ਜਿਉਂ ਲਖ ਤੂੰ ਜਨਾਨਕ ਨਾਮ ਬਖਸ਼ ਉਹਦੀ ਹੋਰ ਕੋਈ ਮੰਗ ਹੀ ਨਹੀਂ ਉਹਦੀ ਹੋਰ ਕੋਈ ਅਰਦਾਸ ਨਹੀਂ ਉਕੰਨਾ ਹੈ ਸਤਿਗੁਰੂ ਹੈ ਅਕਾਲ ਪੁਰਖ ਮੈਨੂੰ ਤੇ ਆਪਣਾ ਨਾਮ ਬਖਸ਼ਣਾ ਕਰ ਦਾਸ ਨਾਨਕ ਨੂੰ ਨਾਮ ਦੀ ਦਾਤ ਕਰ ਇਹ ਤਾਂ ਹੈ ਗੁਰੂ ਰਾਮਦਾਸ ਜੀ ਵੱਲੋਂ ਸਾਨੂੰ ਪ੍ਰੇਰਣਾ ਮਾਰਗਦਰਸ਼ਨ ਤੇ ਸਿਖਿਆ ਅੱਗੇ ਗੁਰੂ ਅਮਰਦਾਸ ਜੀ ਦਾ ਸ਼ਲੋਕ ਦਰਜ ਕੀਤਾ ਮਹਿਰਲਾਤੀ ਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੇ ਖਿਨੇ ਅਗੇ ਖਿਨ ਪਿਛੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ ਉਹ ਅਹੰਕਾਰੀ ਹੈ ਅਤੇ ਆਪਣੇ ਅਹੰਕਾਰ ਦੇ ਕਾਰਨ ਉਹ ਮਹਿਲ ਨਾ ਜਾਣੇ ਉਹ ਗੁਰੂ ਦੇ ਸਰੂਪ ਨੂੰ ਜਾਣਦਾ ਹੀ ਨਹੀਂ ਉਹ ਕਦੇ ਸਤ ਸੰਗ ਵਿੱਚ ਆਉਂਦਾ ਹੀ ਨਹੀਂ ਕਿਨ ਅੱਗੇ ਕਿਨ ਪਿੱਛੇ ਹਮੇਸ਼ਾ ਜਕੋ ਤਕੀਆਂ ਤੇ ਪਿਆਰਦਾ ਕਦੇ ਸੋਚਦਾ ਮੈਂ ਵੀ ਸਤ ਸੰਗ ਵਿੱਚ ਜਾਵਾਂ ਕਦੇ ਫਿਰ ਪਿੱਛੇ ਵੱਲ ਨੂੰ ਤੁਰ ਪੈਂਦਾ ਭਾਵੇਂ ਉਸ ਤੇ ਮੰਦੀ ਅਵਸਥਾ ਕਦੇ ਧ੍ਰੜ ਪੱਕੀ ਹੁੰਦੀ ਨਹੀਂ ਕਿਉਂਕਿ ਜਿਹੜਾ ਅਹੰਕਾਰ ਹੈ ਨੂੰ ਉਸ ਨੂੰ ਉਸ ਪਾਸੇ ਆਉਣ ਹੀ ਨਹੀਂ ਦਿੰਦਾ ਮਨਮੁਖ ਅੰਕਾਰੀ ਮਹਿਲ ਨ ਜਾਣੇ ਹੁਣ ਉਚਾਰਨ ਦੀ ਗੱਲ ਕਰੀਏ ਇੱਥੇ ਸਾਰੇ ਵੀਰ ਜੋ ਮਹਿਲਾ ਪੜਨ ਵਾਲੇ ਨੇ ਉਹ ਵੀ ਮਹਿਲ ਹੀ ਪੜਦੇ ਮਹਿਲ ਦਾ ਮਤਲਬ ਹੈ ਉਹ ਟਿਕਾਣਾ ਉਹ ਸਥਾਨ ਉਹ ਰੂਪ ਜਿੱਥੇ ਜਾਇਆ ਇਹ ਸੋਝੀ ਪ੍ਰਾਪਤ ਹੁੰਦੀ ਇਹਨੂੰ ਮਹਿਲ ਹੀ ਪੜਿਆ ਜਾਂਦਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੇ ਖਿੰਨੇ ਆਗੇ ਖਿੰਨੇ ਪਿੱਛੇ ਬਸ ਉਹਨਾਂ ਦੇ ਮਨ ਦੀ ਹਾਲਤ ਇਹ ਹੈ ਕਿ ਅੱਖ ਫਰਕਣ ਦੇ ਸਮੇਂ ਵਿੱਚ ਕਦੇ ਟੋਲਾ ਤੇ ਕਦੇ ਮਾਸਾ ਬਣ ਜਾਂਦਾ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰ ਘਾਸ ਸੀਚੇ ਉਹਨੂੰ ਹਮੇਸ਼ਾ ਯਤਨ ਕਰੋ ਬੁਲਾਓ ਆਓ ਸਤ ਸੰਗਤ ਵਿੱਚ ਉਹ ਕਦੇ ਮਹਿਲ ਵਿੱਚ ਆਉਂਦਾ ਹੀ ਨਹੀਂ ਹੁਣ ਉੱਪਰ ਮਹਿਲ ਲੱਲੇ ਨੂੰ ਔਂਕੜ ਵਾਲਾ ਨਾਉਂ ਸੀ ਇੱਥੇ ਮਹਿਲ ਦੇ ਲੱਲੇ ਨੂੰ ਸਿਆਰੀ ਹੈ ਇਹਦਾ ਮਤਲਬ ਮਹਿਲ ਵਿੱਚ ਸਤ ਸੰਗਤ ਵਿੱਚ ਕਦੇ ਆਉਂਦਾ ਹੀ ਨਹੀਂ ਉਹਦੇ ਕੋਲ ਕਈ ਬਹਾਨੇ ਹੁੰਦੇ ਆ ਨਹੀਂ ਜੀ ਮੇਰੇ ਕੋਲ ਟਾਈਮ ਨਹੀਂ ਜੀ ਮੈਂ ਵਿਹਲਾ ਨਹੀਂ ਜੀ ਮੇਰਾ ਲੱਕ ਦੁਖਦਾ ਜੀ ਮੇਰੇ ਗੋਡੇ ਦੁਖਦੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗਾ ਸੀਜੇ ਉਹ ਫਿਰ ਪ੍ਰਮਾਤਮਾ ਦੀ ਦਰਗਾਹ ਵਿੱਚ ਕਿਵੇਂ ਪਰਵਾਣ ਹੋ ਸਕਦਾ ਕਿਵੇਂ ਕਾਮਯਾਬ ਹੋ ਸਕਦਾ ਜਿਸ ਨੇ ਸਕੂਲ ਜਾਣਾ ਨਹੀਂ ਉਹ ਸਕੂਲੀ ਵਿਦਿਆ ਕਿਵੇਂ ਪੜ ਲਏਗਾ ਜਿਹੜਾ ਆਪਣੇ ਅਹੰਕਾਰ ਵਿੱਚ ਹੀ ਮਸਤ ਹੈ ਇਸੇ ਵੀ ਮਹਾਰਾਜ ਨੇ ਕਿਹਾ ਨਾ ਸਾਖਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਦਰ ਹੋ ਮੈਂ ਕੰਡਾ ਹੈ ਜਿਉਂ-ਜਿਉਂ ਚਲੈ ਚੁ ਮੈਂ ਦੁਖ ਪਾਵੇਂ ਜਮ ਕਾਲ ਸਹਿ ਤੇ ਡੰਡਾ ਹੈ ਮਨਮੁਖ ਅਹੰਕਾਰੀ ਮਹਿਰ ਨ ਜਾਣੇ ਕਿਨੇ ਆਗੇ ਕਿਨ ਪਿੱਛੇ ਹੈ ਸਦਾ ਬੁਲਾਈਏ ਮਹਿਰਨਾ ਆਵੇ ਕਿਉਂ ਘਰ-ਧਰ ਘਾਸੀਟੇ ਸਤਗੁਰੂ ਕਾ ਮਹਿਨ ਵਿਰਲਾ ਜਾਣੇ ਸਦਾ ਰਹਿ ਕਰ ਝੋੜ ਆਖਿਆ ਸਤਗੁਰੂ ਦੇ ਆਸ਼ੇ ਨੂੰ ਸਤਗੁਰੂ ਦੇ ਟਿਕਾਣੇ ਨੂੰ ਸਤਗੁਰੂ ਦੀ ਸਿੱਖਿਆ ਨੂੰ ਕੋਈ ਵਿਰਲਾ ਹੀ ਜਾਣਦਾ ਤੇ ਜਿਹਨੂੰ ਸਮਝ ਆ ਜਾਂਦੀ ਹੈ ਸਦਾ ਰਹੇ ਕਰ ਜੋੜ ਉਹ ਹਮੇਸ਼ਾ ਨਿਮਰਤਾ ਵਿੱਚ ਰਹਿੰਦੇ ਤੇ ਨਿਮਰਤਾ ਵਿੱਚ ਰਹਿ ਕੇ ਉਹ ਕਦੇ ਵੀ ਅਹੰਕਾਰ ਦੀ ਗੱਲ ਨਹੀਂ ਕਰਦਾ ਤੇ ਜਿਹਦੇ ਅੰਦਰ ਇਸ ਤਰ੍ਹਾਂ ਦੀ ਨਿਮਰਤਾ ਆ ਜਾਂਦੀ ਹੈ ਆਪਣੀ ਕਿਰਪਾ ਕਰੇ ਹਰ ਮੇਲਾ ਨਾਨਕ ਲੇ ਬਹੁੜ ਨਾਨਕ ਜੀ ਫਰਮਾਉਂਦੇ ਨੇ ਜਿਨ੍ਹਾਂ ਉੱਤੇ ਫਿਰ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਪ੍ਰਮਾਤਮਾ ਆਪ ਬਹੋੜ ਮੋੜ ਲਿੰਦਾ ਹੈ ਭੈੜੇ ਪਾਸੇ ਜਾਣ ਤੋਂ ਰੋਕ ਲਿੰਦਾ ਹੈ ਉਹ ਮਨਮੁਖਤਾ ਵਾਲੇ ਪਾਸੇ ਨਹੀਂ ਤੁਰਦਾ ਕਿਉਂਕਿ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਗਈ ਸਤਗੁਰੂ ਦਾ ਮਹਿਲ ਵਿਰਲਾ ਜਾਣੇ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਬਉਰੀ ਸਾਧ ਸੇਵਾ ਕੀਤੀ ਸਫਲ ਹੈ ਜਿਸ ਸਤਗੁਰ ਕਾ ਮਨ ਮੰਨ ਨਹੀਂ ਹੁਣ ਪਾਤਸ਼ਾਹ ਕਹਿੰਦੇ ਨੇ ਉਹ ਸੇਵਾ ਕੀਤੀ ਸਫਲ ਫਲ ਦੇਣ ਵਾਲੀ ਹੈ ਜਿਸ ਸੇਵਾ ਦੇ ਕਰਨ ਕਰਕੇ ਸਤਗੁਰ ਦਾ ਮਨ ਮੰਨ ਜਾਏ ਸਤਗੁਰ ਦਾ ਮਨ ਪਤੀ ਜਾਏ ਸਮਝਾਇਆ ਤੇ ਬਹੁਤ ਕੁਝ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕੋ ਕਰ ਕਛ ਨ ਜਨਾਵੇ ਹਰ ਹਰ ਨਾਮ ਨਿਦੇ ਤਉ ਧਿਆਵੇ ਮਨ ਬੇਚੈ ਤਦ ਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਦ ਸਤਗੁਰੂ ਕਾਮਨ ਮੰਨੇ ਆ ਤਾਂ ਪਾਪ ਕੁਸੰਮਲ ਭੰਨੇ ਜਦੋਂ ਸਤਗੁਰੂ ਦਾ ਮਨ ਸੇਵਕ ਦੀ ਕੀਤੀ ਹੋਈ ਸੇਵਾ ਤੇ ਮੰਨ ਜਾਂਦਾ ਬਸ ਗੁਰੂ ਮਿਹਰਬਾਨ ਹੋ ਕੇ ਫਿਰ ਉਸ ਦੇ ਅੰਦਰੋਂ ਸਾਰੇ ਪਾਪ ਕੁਸੰਮਲ ਭੰਨੇ ਦੌੜ ਜਾਂਦੇ ਉੱਥੇ ਟਿਕ ਨਹੀਂ ਸਕਦੇ ਰਹਿ ਨਹੀਂ ਸਕਦੇ ਗੁਰੂ ਮਹਾਰਾਜ ਤੇ ਗਰੰਟੀ ਦੇ ਕੇ ਕਿੰਨੇ ਭਾਈ ਜਿੱਥੇ ਪ੍ਰਮਾਤਮਾ ਦਾ ਨਾਮ ਜਪਿਆ ਜਾਏਗਾ ਉੱਥੇ ਚੀਜ਼ਾਂ ਰਹਿ ਨਹੀਂ ਸਕਦੀ ਇਸ ਲਈ ਗੁਰਦੇਵ ਕਹਿੰਦੇ ਨੇ ਜਾਂ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪ ਕੁਸੰਮਰ ਬੰਨੇ ਉਪਦੇਸ਼ ਚ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਫਿਰ ਇਸ ਅਵਸਥਾ ਵਿੱਚ ਜਿਹੜਾ ਸਿੱਖ ਗੁਰੂ ਦੇ ਉਪਦੇਸ਼ ਨੂੰ ਸੁਣਦਾ ਉਹ ਕੰਨ ਦੇ ਕੇ ਸਿੱਖ ਸੁਣਦੇ ਔਰ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦੇ ਅੱਜ ਦੇ ਸਿੱਖ ਹਰ ਗੱਲ ਤੇ ਕਿੰਤੂ ਪ੍ਰੰਤੂ ਕਰਦੇ ਐਦੀ ਕੀ ਲੋੜ ਸੀ ਜੀ ਐ ਨਹੀਂ ਸੀ ਗੁਰੂ ਮਹਾਰਾਜ ਨੂੰ ਕਰਨਾ ਚਾਹੀਦਾ ਨਹੀਂ ਭਾਈ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕਰਨੇ ਜਿਨ ਸਤਿਗੁਰ ਕਾ ਬਾਣਾ ਮੰਨੇ ਆ ਜਿਨ ਚੜੀ ਚ ਵਗਣਵੰਨੇ ਤੇ ਜਿਨਾ ਭਗ ਸ਼ਾਲੀ ਗੁਰ ਸਿੱਖਾ ਨੇ ਗੁਰੂ ਦੇ ਬਾਣੇ ਨੂੰ ਗੁਰੂ ਦੇ ਹੁਕਮ ਨੂੰ ਗੁਰੂ ਦੀ ਰਜ਼ਾ ਨੂੰ ਮੰਨਦੇ ਉਹਨਾਂ ਤੇ ਫਿਰ ਚੌਗਣਾ ਰੰਗ ਚੜ ਜਾਂਦਾ ਉਹਨਾਂ ਤੇ ਫਿਰ ਗੁਰੂ ਦੀ ਮਿਹਰ ਤੇ ਬਖਸ਼ਿਸ਼ ਹੋ ਜਾਂਦਾ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀ ਖਿਆ ਸੁਣ ਮਨ ਭਿੰਨੇ ਅੱਖਾਂ ਇਹ ਬਿਲਕੁਲ ਵਿਰਖਣ ਚਾਲ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕਹਿਨੀ ਬਖਵਾ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤਸਨਾ ਬਹੁਤ ਨਾਹੀ ਬੋਲਣਾ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀ ਖਿਆ ਸੁਣ ਮਨ ਭਿੰਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮਨ ਭਿੱਜ ਜਾਏ ਮਨ ਦੀ ਆਪਣੀ ਸੋਚਨ ਸ਼ਕਤੀ ਖਤਮ ਹੋ ਜਾਏ ਤੇ ਇਹ ਦ੍ਰਿੜ ਕਰ ਰਵੇ ਕਿ ਮੈਂ ਤੇ ਉਸ ਰਸਤੇ ਚੱਲਣਾ ਹੈ ਜਿੱਦਨ ਮੇਰੇ ਗੁਰੂ ਦੀ ਆਗਿਆ ਹੈ ਮੈਂ ਆਪਣੀ ਮਰਜ਼ੀ ਨਹੀਂ ਕਰਨੀ ਧੰਗੁਰੂ ਰਾਮਦਾਸ ਜੀ ਨੇ ਇਹ ਸਭ ਕੁਝ ਆਪਣੇ ਜੀਵਨ ਵਿੱਚ ਕਮਾਇਆ ਤੇ ਸਾਨੂੰ ਮਾਰਗਦਰਸ਼ਨ ਕੀਤਾ ਇੱਕ ਇੱਕ ਅੱਖਰ ਸਮਝਣ ਵਾਲਾ ਸਮਝ ਕੇ ਅਪਣਾਉਣ ਵਾਲਾ ਜੇ ਜਿਹੜਾ ਅਪਣਾ ਲਏਗਾ ਉਸ ਨੂੰ ਗੁਰੂ ਦੇ ਮਹਿਲ ਦੀ ਪ੍ਰਾਪਤੀ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ